ਸਤਿ ਸ਼੍ਰੀ ਅਕਾਲ ਜੀ, ਮੈਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਤੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਮੰਦਭਾਗੀ ਘਟਨਾ ਬਾਰੇ ਗੱਲ ਕਰਨ ਲਈ ਲਾਈਵ ਆਈ ਹਾਂ। ਸੋਰੀ, ਅਸਲ ਦੇ ਵਿੱਚ ਗੱਲ ਇੰਨੀ ਕੁ ਅਪਸੈਟਿੰਗ ਆ ਕਿ ਮੈਨੂੰ ਬੋਲਦੇ ਹੋਏ ਵੀ ਸ਼ਰਮ ਆ ਰਹੀ ਆ ਵੀ ਮੈਂ ਗੱਲ ਸ਼ੁਰੂ ਕਰਾਂ ਤਾਂ ਕਰਾਂ ਕਿਸ ਤਰ੍ਹਾਂ। ਗੱਲ ਇੱਦਾਂ ਆ ਕਿ ਮੈਨੂੰ ਅੱਜ 5:30 ਇੱਕ ਵੀਡੀਓ ਮਿਲੀ ਜਿਸ ਦੇ ਵਿੱਚ ਨਾਨਕਸਰ ਗੁਰਦੁਆਰਾ ਸਾਹਿਬ ਦੀ 68 ਦੇ ਵਿੱਚ ਉੱਥੇ ਕੀਰਤਨ ਕਰਨ ਵਾਲਾ ਇੱਕ ਬਾਬਾ ਜਿਸ ਦਾ ਨਾਮ ਜੱਸੀ ਆ, ਜੋ ਆਈਡੈਂਟੀਫਿਕੇਸ਼ਨ ਤੋਂ ਬਾਅਦ ਹੀ ਮੈਂ ਲਾਈਵ ਆਈ ਹਾਂ, ਜੋ ਕਿ ਛੋਟੀ ਕੌਂਕੇ ਦਾ ਰਹਿਣ ਵਾਲਾ ਆ। ਉਹ ਬਹੁਤ ਹੀ ਆਪੱਤੀਜਨਕ ਸਿਚੁਏਸ਼ਨ ਦੇ ਵਿੱਚ ਇੱਕ ਛੋਟੇ ਜਿਹੇ 10-12 ਸਾਲ ਦੇ ਲੜਕੇ ਦੇ ਨਾਲ, ਲੜਕਾ ਬਿਲਕੁਲ ਨੰਗਾ ਆ, ਨਿੱਕਾ ਬੱਚਾ ਆ, ਉਹਦੇ ਨਾਲ ਉਹ ਬਹੁਤ ਹੀ ਘਟੀਆ ਤਰੀਕੇ ਨਾਲ ਉਹਨੂੰ ਸੈਕਸੁਅਲੀ ਅਬਿਊਜ਼ ਕਰ ਰਿਹਾ ਉਸ ਬੱਚੇ ਨੂੰ। ਉਹ ਬੱਚੇ ਦੇ ਪ੍ਰਾਈਵੇਟ ਪਾਰਟਸ ਨੂੰ ਲਿੱਕ ਕਰ ਰਿਹਾ, ਫਿਰ ਉਹਨੂੰ ਦੱਸ ਰਿਹਾ, ਉਹਨੂੰ ਬੋਲ ਰਿਹਾ ਕਿ ਮੇਰੇ ਢਿੱਡ ਤੇ ਬੈਠ, ਇੱਥੇ ਬੈਠ, ਏਦਾਂ ਕਰ। ਮੈਨੂੰ ਉਹ ਬਾਬੇ ਦੀਆਂ ਉਸ ਬੱਚੇ ਦੇ ਨਾਲ ਦੋ ਵੀਡੀਓਜ਼ ਮਿਲੀਆਂ, ਜੋ ਕਿ ਮੈਂ ਚਾਈਲਡ ਕਮਿਸ਼ਨ ਅਤੇ ਜੋ ਲੁਧਿਆਣਾ ਰੂਰਲ ਦੇ SSP ਆ ਉਹਨਾਂ ਨੂੰ ਫੋਰਵਰਡ ਕਰ ਚੁੱਕੀ ਹਾਂ। ਮੈਂ ਆਲਰੇਡੀ ਕੰਪਲੇਂਟ ਵੀ ਜਿਹੜੀ ਹੈਗੀ ਆ ਦੇ ਚੁੱਕੀ ਹਾਂ SSP ਜਗਰਾਓਂ ਚਾਈਲਡ ਕਮਿਸ਼ਨ ਨੂੰ, ਐਂਡ ਜਗਰਾਓਂ ਦੇ ਜਿਹੜੇ DSP ਹੈਗੇ ਆ ਉਹ ਮੈਟਰ ਨੂੰ ਦੇਖ ਰਹੇ ਆ। ਪਰ ਕਿਉਂਕਿ ਇਹ ਮਸਲਾ ਬਹੁਤ ਹੀ ਜ਼ਿਆਦਾ ਕਿਤੇ ਨਾ ਕਿਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ, ਕਿਉਂਕਿ ਇੱਕ ਬਹੁਤ ਹੀ ਸਾਡੇ ਵੱਲੋਂ ਸਤਿਕਾਰਯੋਗ ਬਹੁਤ ਹੀ ਪਵਿੱਤਰ 68 ਹੈ। ਮੈਂ ਵੀ ਮੱਥਾ ਟੇਕਣ ਉੱਥੇ ਜਾਂਦੀ ਰਹੀ ਹਾਂ ਜਦੋਂ ਜਗਰਾਓਂ ਵੱਲ ਜਾਂਦੇ ਹਾਂ। ਸੋ ਬਹੁਤ ਰਿਸਪੈਕਟ ਆ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ, ਨਾਨਕਸਰ 68 ਆ। ਅਤੇ ਹੁਣ ਜਗ੍ਹਾ 'ਤੇ ਕੋਈ ਕਿਹੋ ਜਿਹਾ ਕਿਵੇਂ ਤੁਰਿਆ ਫਿਰਦਾ ਆ ਕਿਸੇ ਨੂੰ ਨਹੀਂ ਪਤਾ ਹੁੰਦਾ, ਬਟ ਉਹ ਵੀਡੀਓ ਦੇ ਵਿੱਚ ਕਲੀਅਰ ਆ। ਅਤੇ ਉਹਦੀ ਕੀਰਤਨ ਵੀ, ਉਹਨੇ ਪਰਸੋਂ ਦੇ ਕੀਰਤਨ ਦੀ ਵੀ ਮੈਂ ਉਹਦੀ ਵੀਡੀਓ ਦੇਖੀ, ਉਹਦੀ ਫੋਟੋ ਦੇਖੀ ਆ ਬਾਬੇ ਦੀ, ਜਿਹਦਾ ਨਾਮ ਜੱਸੀ ਆ, ਛੋਟੀ ਕੌਂਕੇ ਦਾ ਰਹਿਣ ਵਾਲਾ ਆ ਅਤੇ ਨਿੱਕੇ ਜਿਹੇ ਬੱਚੇ। ਹੁਣ ਇਹ ਵੀ ਨਹੀਂ ਪਤਾ ਹੈਗਾ ਕਿ ਉਹ ਬੱਚਾ ਕਿੱਥੇ ਆ, ਕਿਵੇਂ ਆ, ਕਿਉਂਕਿ ਬੱਚੇ ਬਾਰੇ ਕੁਛ ਵੀ ਨਹੀਂ ਪਤਾ ਲੱਗ ਸਕਿਆ। ਬਟ ਵੀਡੀਓ ਦੇ ਵਿੱਚੋਂ ਇਹ ਚੀਜ਼ ਕਲੀਅਰ ਹੋ ਗਈ ਆ ਕਿ ਉਹ ਬਾਬਾ ਕੌਣ ਆ। ਬੱਚੇ ਦੀ ਸ਼ਕਲ ਦੇਖ ਰਹੀ ਆ, ਬਟ ਇਹ ਨਹੀਂ ਪਤਾ ਉਹ ਬੱਚਾ ਕੌਣ ਆ, ਬੱਚਾ ਕਿਹੋ ਜਿਹੇ ਹਾਲਾਤਾਂ 'ਚ। ਮੈਨੂੰ ਖਦਸ਼ਾ ਹੈ ਕਿ ਬੱਚੇ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਆ। ਅਤੇ ਇੰਟਰਨਲ ਜਿਹੜੇ ਸੋਰਸਿਸ ਤੋਂ ਮੈਨੂੰ ਹੋਰ ਗੱਲਾਂ ਪਤਾ ਲੱਗੀਆਂ, ਇਹ ਵੀ ਪਤਾ ਲੱਗਿਆ ਕਿ ਇਹ ਬਾਬਾ ਇਹੋ ਜਿਹੇ ਹੀ ਕੰਮ ਕਰਦਾ, ਹੀ ਇਜ਼ ਗੇ, ਐਂਡ ਉਹਦੇ ਪਿੰਡ ਤੋਂ ਵੀ ਪਤਾ ਲੱਗਿਆ ਆ ਕਿ ਉਹ ਹੁਣ ਤੋਂ ਨਹੀਂ, ਉਹ ਹਮੇਸ਼ਾ ਹੀ ਇਹੋ ਜਿਹਾ ਕੰਮ ਕਰਦਾ। ਇੱਥੇ ਤੱਕ ਕਿ ਲੋਕ ਆਪਣੇ ਬੱਚਿਆਂ ਨੂੰ ਬੋਲਦੇ ਆ ਕਿ ਇਹਦੇ ਕੋਲ ਨਾ ਜਾਣਾ। ਔਰ ਇਹ ਕੋਈ ਪਹਿਲਾ ਸ਼ਿਕਾਰ ਬੱਚਾ ਨਹੀਂ ਹੈਗਾ ਉਹਦਾ, ਜਿਹੜੀ ਵੀਡੀਓ ਦੇ ਵਿੱਚ ਦੇਖ ਰਿਹਾ ਆ। ਸੋ ਮੇਰੀ ਬੇਨਤੀ ਆ ਕਿ ਜਿਹੜੇ ਵੀ ਜਾਣਦੇ ਆ, ਅਤੇ ਜੇ ਕਦੇ ਕਿਸੇ ਦਾ ਬੱਚਾ ਉਸ ਜੱਸੀ ਬਾਬੇ ਦਾ ਸ਼ਿਕਾਰ ਹੋਇਆ, ਪਲੀਜ਼ ਤੁਸੀਂ ਡਰੋ ਨਾ, ਅੱਗੇ ਆਓ ਉਹਦੇ ਖਿਲਾਫ, ਤਾਂ ਕਿ ਇਹੋ ਜੇ ਹੈਵਾਨ ਨੂੰ, ਜੋ ਇੱਕ ਸਾਧ ਦਾ ਭੇਸਧਾਰੀ ਬੈਠਾ ਆ, ਉਹਦੇ ਖਿਲਾਫ ਡਟ ਕੇ ਲੜਾਈ ਲੜ ਕੇ ਉਹਨੂੰ ਜੇਲ੍ਹ ਦੇ ਅੰਦਰ ਸੁੱਟਿਆ ਜਾਵੇ ਅਤੇ ਇਹੋ ਜਿਹੇ ਨੂੰ ਫਾਂਸੀ ਦੀ ਸਜ਼ਾ ਦਵਾਈ ਜਾਵੇ। ਉਹ ਬੱਚੇ ਦੇ ਨਾਲ ਜਿਸ ਤਰੀਕੇ ਨਾਲ ਕੰਮ ਕਰ ਰਿਹਾ ਆ, ਜੋ ਕਾਰਾ ਬੱਚੇ ਨਾਲ ਕਰ ਰਿਹਾ ਆ, ਉਹ ਦੇਖ ਕੇ ਕੋਈ ਵੀ ਆਮ ਇਨਸਾਨ ਰੋਣ ਲੱਗ ਜਾਵੇ, ਕੋਈ ਵੀ ਆਮ ਇਨਸਾਨ। ਮੇਰੇ ਕੋਲ 5:30 ਵੀਡੀਓ ਪਹੁੰਚੀ ਸੀਗੀ, ਸਾਰੇ ਤਰੀਕੇ ਹੱਥਕੰਡੇ ਅਪਣਾਉਣ ਤੋਂ ਬਾਅਦ ਮੈਂ ਦੇਖਿਆ, ਜਦੋਂ ਹਲੇ ਤੱਕ ਉਹਦੀ ਅਰੈਸਟ ਨਹੀਂ ਪਈ, ਆਲਦੋ ਮੈਨੂੰ ਪੁਲਿਸ ਨੇ ਸ਼ਿਓਰ ਕੀਤਾ ਆ ਕਿ ਉਹ ਉਹਦੇ ਖਿਲਾਫ ਐਕਸ਼ਨ ਲੈਣਗੇ, ਪਰ ਮੈਨੂੰ ਲੱਗਿਆ ਕਿ ਉਹਨਾਂ ਦੇ ਉੱਤੇ ਇੱਕ ਜਿਹੜਾ ਪਬਲਿਕ ਦਾ ਪ੍ਰੈਸ਼ਰ ਪਾਉਣ ਦੀ ਖਾਤਰ ਇਹ ਗੱਲ ਲਾਈਵ ਆ ਕੇ ਬੋਲਣੀ ਬਹੁਤ ਜ਼ਿਆਦਾ ਜ਼ਰੂਰੀ ਆ। ਅਦਰਵਾਈਜ਼ ਮੈਂ ਕਦੇ ਵੀ ਕਿਸੇ ਵੀ ਚਾਈਲਡ ਅਬਿਊਜ਼ ਕੇਸ ਦੇ ਵਿੱਚ ਐਸਾ ਚਾਹ ਕੇ ਇੱਦਾਂ ਲਾਈਵ ਨਹੀਂ ਬੋਲਦੀ, ਪਰ ਇਹਦੇ ਵਿੱਚ ਲਾਈਵ ਆ ਕੇ ਬੋਲਣਾ ਇਸ ਲਈ ਜ਼ਰੂਰੀ ਹੋ ਗਿਆ ਕਿਉਂਕਿ ਉਸ ਬਾਬੇ ਨੂੰ ਫੜਨਾ ਬਹੁਤ ਜ਼ਿਆਦਾ ਜ਼ਰੂਰੀ ਆ। ਵੈਰੀਫਾਈ ਕਰ ਚੁੱਕੀ ਹਾਂ, ਬਾਬਾ ਉਹ ਜੱਸੀ ਆ ਉਹਦਾ ਨਾਮ, ਛੋਟੀ ਕੌਂਕੇ ਦਾ ਰਹਿਣ ਵਾਲਾ ਆ, ਅਤੇ ਉਹਨੇ ਪਹਿਲਾਂ ਵੀ ਇਹੋ ਜਿਹੀ ਹਰਕਤ ਕਈ ਬੱਚਿਆਂ ਨਾਲ ਕੀਤੀ ਆ। ਸੋ ਮੇਰੀ ਬੇਨਤੀ ਆ ਕਿ ਜਿਹੜੇ ਜੇ ਕੋਈ ਵੀ ਜਗਰਾਓਂ ਦੇ ਨੇੜੇ ਤੇੜੇ ਵਾਲਾ, ਚਾਹੇ ਕੌਂਕਿਆਂ ਵਾਲਾ, ਕੋਈ ਵੀ
इंसान हैगा जिन्हों पता ओदे कारनामे कृपा करके अगे आओ ताकि ओह बाबे नूं उहनूं फड़िया जा सके जो बाबा कहाउण दे लायक नहीं जो एक पवित्र स्थान दे उत्ते इहो जिहा कार्य करदा आ। वीडियो दे विच कमरा पूरा दिख रहा है, वीडियो दे विच उहदा चोला पिया दिख रहा है, वीडियो दे विच ओह गंदे गंदे तरीके नाल बच्चे नाल जिहो जिहा गल्लां कर रहा ओह वी दिख रहा है। बट क्योंकि इहो जी इह चाइल्ड पोर्नो चाइल्ड अब्यूज दा केस आ ते इह वीडियो पब्लिक प्लेस दे विच नहीं सांझी कीती जा सकदी ते क्योंकि इहदी सर्कुलेशन भी एक किस्म दा जुर्म आ। सो इस करके मेरी तुहाडे अगे हथ जोड़ के बेनती आ कि कृपा करके इस चीज दे लई अगे आओ, जेडे किसी नूं भी इस चीज दे बारे पता आ, बल्कि जेडे लोग धार्मिक स्थानां ते इहो जिहे गुनाह करदे ने, क्योंकि धार्मिक स्थान साडी आस्था नाल जुड़े हुंदे ने, जिथे गुरु ग्रंथ साहब दा प्रकाश हुंदा आ, ते इहो जिहे लोक साध दा भेख कीर्तनीए दा भेख धार के गलत काम करदे ते सजा दे आम इंसान नालों किते ज्यादा आम मुजरम नालों ज्यादा हकदार हन। सो मेरी हाथ जोड़ के बेनती है कृपा करके इस चीज नूं संजीदगी नाल लिया जावे, पुलिस ते प्रेशर पाया जावे, उस बंदे नूं अरेस्ट करके जेल दे विच भेजा जावे, ए भी वेरीफाई किया जावे कि उन्हें होर भी बच्चों नाल इहो जिहा कुछ किया आ, ते बच्चे की प्रोटेक्शन आ जिहड़ी ओह इंश्योर की जावे। बच्चे की प्रोटेक्शन इंश्योर करनी बहुत ज्यादा जरूरी आ। पुलिस वालों यह कहा जा रहा कि इहदे विच कंप्लेनेंट नहीं आया, सो पॉक्सो के अधीन जेकर पॉक्सो के ऑफेंस की सानू इनफोरमेशन मिलती आ तो उहदे विच सुओ मोटो लैणा लैके भी पुलिस FIR दर्ज कर सकती आ। इहो जिहे केसां दे विच कंप्लेनेंट है नहीं है वह भी जरूरी नहीं, क्योंकि इहो जिहे केसां दी कॉग्निजेंस पुलिस लै सकती आ। बट फिर भी पुलिस नूं मैं क्या कंप्लेनेंट मैं बनन नूं तैयार आ, पता नहीं किन्ने बड़े लैवल ते उन्हों बचाउण दीआं तैयारियां हो रही होणगीआं। सो लोकां दे साथ दी जरूरत आ, कृपा करके साथ दवो तां कि इहो जिहे बंदे नूं फांसी दी सजा दवाई जा सके। जल्दी उस बंदे दी फोटो भी मैं शेयर करांगी। धन्नवाद।